आई एम सरप्राइज वाई अदर पीपल्स आर नॉट एबल टू टेल अस द सेम थिंग विच यू आर टीचिंग. सर तुम बहुत वधिया पढ़ाने हो सर, पता पहला मैंने तो लगता सीगा भी आज मेरे लिए बड़ी होनी की, बट हुण जब मैं थोड़ी क्लासेस अटेंड करन लगी ने मैनू 1 वीक ही होया वा ते ओ तो बाद मैनू इंप्रूवमेंट खुद नु फील होंदी आ. हुण जब भी मैं ट्रू फॉल्स करदी आ ਤਾਂ ਮੇਰੇ ਆਲਮੋਸਟ ਸਾਰੇ ਠੀਕ ਹੁੰਦੇ ਆ, ਕਦੇ ਇੱਕ ਅਦਾ ਗਲਤ ਹੁੰਦਾ ਵਾ, ਬਟ ਪਹਿਲਾਂ ਕਰਦੇ ਸੀਗੇ ਸਾਰੇ ਹੀ ਰੋਂਗ ਹੁੰਦੇ ਸੀਗੇ. ਖੁਸ਼ ਹੋਗੇ ਤੁਸੀਂ? ਹਾਂਜੀ ਸਰ, ਬਹੁਤ ਜ਼ਿਆਦਾ. ਥੈਂਕ ਯੂ ਸੋ ਮਚ. ਹਾਂਜੀ ਸਰ. ਸਰ ਬਹੁਤ ਅੱਛਾ ਸਮਝ ਆਉਂਦਾ ਤੁਹਾਡੇ ਤੋਂ, ਤਾਂ ਹੀ ਮੈਨੂੰ ਹੋ ਗਿਆ ਆਲਮੋਸਟ 1.5 ਮਹੀਨਾ ਕਰਦੇ ਨੂੰ. ਮੈਂ ਆਪ ਜੀ ਨਾਲ ਕੱਲ ਗੱਲ ਵੀ ਕੀਤੀ ਸੀ ਕਿ ਸੈਟਰਡੇ ਐਗਜ਼ਾਮ ਫਿਲ ਕਰੂੰਗਾ, ਕਿਉਂਕਿ ਮੈਨੂੰ ਟਾਈਮ ਵੀ ਨਹੀਂ ਮਿਲਦਾ. ਉਸ ਤੋਂ ਬਾਅਦ ਵੀ ਮੈਂ ਆਪ ਜੀ ਨੂੰ ਮਿਲਣ ਆਇਆ ਸੀ ਸਰ, ਆਪ ਜੀ ਨੇ ਮੈਨੂੰ ਕਾਫੀ ਅੱਛਾ ਸਜੈਸਟ ਕੀਤਾ ਕਿ ਤੂੰ ਨਾਲ ਦੇ ਨਾਲ ਜੋਬ ਦੇ ਨਾਲ ਕਰ. ਸਰ ਸੀਰੀਅਸਲੀ ਮੈਂ ਪ੍ਰਾਊਡ ਕਰਨਾ ਕਿ ਮੈਨੂੰ ਆਪ ਜੀ ਦਾ ਸਰ ਮਤਲਬ ਆਪ ਜੀ ਤੋਂ ਚਾਂਸ ਮਿਲਿਆ. ਬਹੁਤ ਰਿਸਪੈਕਟ. ਆਈਐਲਟੀਐਸ ਰੀਡਿੰਗ ਦਾ ਅਸੀਂ ਇੱਕ ਉਹ ਪਾਰਟ ਪੜਾਉਣ ਚੱਲੇ ਆ ਆਨਲਾਈਨ ਕਲਾਸ ਦੇ ਵਿੱਚ, ਇੱਕ ਉਸ ਲੈਵਲ ਨੂੰ ਪੜਾਉਣ ਚੱਲੇ ਆ ਅਸੀਂ ਪੇਪਰ ਦੇ ਵਿੱਚ. ਜੇ ਅੱਜ ਤੋਂ ਬਾਅਦ ਕਿਸੇ ਇੱਕ ਵੀ ਸਟੂਡੈਂਟ ਨੂੰ ਇਹ ਪ੍ਰੋਬਲਮ ਆ ਗਈ ਕਿ ਟਰੂ ਫਾਲਸ ਨਾਟ ਗਿਵਨ ਸਾਨੂੰ ਆਉਂਦੇ ਨਹੀਂ ਹੈਗੇ, ਤੁਸੀਂ ਸਾਡੀ ਕਲਾਸ ਨਾ ਲਈਓ ਮੁੜ ਕੇ ਕਦੇ, ਅਸੀਂ ਇਹ ਪ੍ਰੋਮਿਸ ਕਰਦੇ ਹਾਂ. ਪਰ ਤੁਸੀਂ ਇਹ ਨਾ ਫੀਲ ਕਰਕੇ ਦੇਖਿਆ ਕਰੋ ਵੀ ਜਿਹੜਾ ਪੜ੍ਹਾਉਣ ਵਾਲਾ ਸਾਹਮਣੇ ਬੈਠਾ ਉਹ ਐਨਰਜੀ ਕੀ ਦੇ ਰਿਹਾ, ਕਿਉਂਕਿ ਜਿੰਨੀ ਸਾਡੀ ਐਨਰਜੀ ਹੋਏਗੀ ਨਾ ਉਹਨਾਂ ਤੁਸੀਂ ਡਬਲ ਪੜੋਗੇ. ਜਦੋਂ ਕਲਾਸ ਫਿਨਿਸ਼ ਹੋਊਗੀ ਮੈਂ ਪੂਰੇ 4-5 ਜਿੰਨੇ ਵੀ ਟਰੂ ਫਾਲਸ ਨੇ ਇਹ ਪੜ੍ਹਾ ਕੇ ਹਟੂੰਗਾ, ਮੈਂ ਤੁਹਾਡੇ ਤੋਂ ਫੀਡਬੈਕ ਲਊਂਗਾ. ਚਾਹੇ ਕੋਈ ਪਹਿਲੇ ਦਿਨ ਕਲਾਸ ਲਾ ਰਿਹਾ ਜਾਂ ਕੋਈ ਕਦੋਂ ਵੀ ਲਾ ਰਿਹਾ, ਮੈਂ ਡੈਫੀਨੇਟਲੀ ਤੁਹਾਡੇ ਤੋਂ ਫੀਡਬੈਕ ਲਊਂਗਾ ਕਿ ਤੁਸੀਂ ਆਨਲਾਈਨ ਕਲਾਸ ਲਾਉਂਦੇ ਹੋ ਤੇ ਤੁਹਾਨੂੰ ਤੁਹਾਡੇ ਆਇਲਸ ਤੇ ਪੇਪਰ ਦੀ ਸੌਂ ਲੱਗੇ ਕਿ ਕੋਈ ਵੀ ਬੱਚਾ ਝੂਠ ਬੋਲੇ. ਕੋਈ ਵੀ ਬੱਚਾ ਝੂਠ ਨਹੀਂ ਬੋਲੂਗਾ, ਉਹਨੂੰ ਸਮਝ ਆਇਆ ਹੋਊਗਾ ਉਹ ਕਹੂਗਾ ਵੀ ਬਹੁਤ ਮਜ਼ਾ ਆਇਆ, ਉਹਨੂੰ ਮਜ਼ਾ ਨਹੀਂ ਆਇਆ ਹੋਊਗਾ ਨਾ ਉਹ ਸ਼ਰੇਆਮ ਕਹੂਗਾ ਵੀ ਗੱਲ ਨਹੀਂ ਬਣੀ ਸਰ ਤੁਹਾਡੇ ਤੋਂ. ਪਰ ਅਸੀਂ ਮੈਂ ਤੇ ਨਵ ਮੈਮ ਆਪਣਾ ਪੂਰਾ ਜ਼ੋਰ ਲਾਵਾਂਗੇ ਤੁਹਾਨੂੰ ਪੜ੍ਹਾਉਣ ਤੇ. ਜਦੋਂ ਅਸੀਂ ਫਿਨਿਸ਼ ਕਰਾਂਗੇ ਉਸ ਤੋਂ ਬਾਅਦ ਅਸੀਂ 5 ਬੱਚਿਆਂ ਨੂੰ ਅਨਮਿਊਟ ਕਰਕੇ ਰਿਵਿਊਜ਼ ਲਵਾਂਗੇ, 6 ਤੋਂ ਲਵਾਂਗੇ, 3 ਬੋਇਜ਼ 3 ਗਰਲਸ. ਕਰੀਏ ਸਟਾਰਟ, ਰੈਡੀ ਹੋ? ਤੇ ਦੇਖੋ ਫਿਰ ਟੀਚਿੰਗ ਕਿਹਨੂੰ ਕਹਿੰਦੇ ਆ, ਪੜ੍ਹਾਉਣਾ ਕਿਹਨੂੰ ਕਹਿੰਦੇ ਆ, ਅਸੀਂ ਦਿਖਾਉਂਦੇ ਹਾਂ ਤੁਹਾਨੂੰ ਆਹ ਚੀਜ਼. ਆ ਜਾਓ ਬੱਚੇ. ਸਭ ਤੋਂ ਪਹਿਲੀ ਚੀਜ਼ ਹੈ ਆਪਣੇ ਕੋਲ ਟੌਪਿਕ. ਟੌਪਿਕ ਦਾ ਬੜਾ ਡਿਫਰੈਂਟ ਜਿਹਾ ਨੇਮ ਹੈ. ਟੌਪਿਕ ਦਾ ਨੇਮ ਹੈ ਕਹਿੰਦਾ ਸਾਊਥ ਪੋਲ ਐਡਵੈਂਚਰ. ਮਤਲਬ ਮੈਨੂੰ ਐਡਵੈਂਚਰ ਵਰਡ ਤਾਂ ਪਤਾ ਵੀ ਜਿਹੜੇ ਆਪਾਂ ਕਹਿੰਦੇ ਹੁੰਦੇ ਹਾਂ ਆਪਣਾ ਕੋਈ ਐਵੇਂ ਦੇ ਕਾਰਨਾਮੇ ਕਰਨੇ ਜਿਹੜੇ ਐਡਵੈਂਚਰਸ ਹੁੰਦੇ ਆ ਨਾ, ਵੱਖਰੇ ਹੋਣ, ਜਾਨ ਨੂੰ ਜੋਖਿਮ ਚ ਪਾ ਕੇ ਜਿਹੜੇ ਕੰਮ ਕਰਨੇ ਹੁੰਦੇ ਨੇ ਉਹ ਐਡਵੈਂਚਰਸ ਹੁੰਦੇ ਨੇ ਗੇ. ਸਾਊਥ ਪੋਲ ਮੈਨੇ ਨਾ ਸੁਣਿਆ ਹੋਇਆ ਜਿਵੇਂ ਆ ਹਿਸਟਰੀ ਆਉਚ ਆਪਣਾ ਸੋਸ਼ੀਓਲੋਜੀ ਆਉਚ ਸੋਸ਼ਲ ਸਾਇੰਸ ਚ ਸਾਇੰਸ ਹੁੰਦਾ ਸੀ ਜਿਵੇਂ ਅਰਥ ਦੇ ਪੋਲਸ ਹੁੰਦੇ ਆ ਨਾ, ਨਾਰਥ ਪੋਲ ਤੇ ਸਾਊਥ ਪੋਲ ਨੇ, ਉਹ ਸਾਊਥ ਪੋਲ ਦੀ ਉਹ ਚਲੋ ਇੱਕ ਸਭ ਤੋਂ ਵਧੀਆ ਗੱਲ ਇਹ ਸਿੱਖੋ ਕਿ ਚਾਹੇ ਤੁਹਾਨੂੰ ਨਾਰਥ ਪੋਲ ਬਾਰੇ ਨੌਲੇਜ ਹੈਗੀ ਹੈ ਜੇ ਨਹੀਂ ਹੈਗੀ, ਚਾਹੇ ਸਾਊਥ ਪੋਲ ਬਾਰੇ ਨੌਲੇਜ ਹੈਗੀ ਹੈ ਜੇ ਨਹੀਂ ਹੈਗੀ, ਸਾਨੇ ਐਂਸਰ ਕਿਵੇਂ ਲੱਭਣਾ ਮੈਟਰ ਤਾਂ ਆਹ ਕਰਦਾ ਹੈ. ਅਸੀਂ 9 ਚੋਂ 9 ਹਿੱਟ ਕਿਵੇਂ ਕਰ ਸਕਦੇ ਹਾਂ ਆਹ ਮੈਟਰ ਕਰਦਾ ਹੈ, ਤੇ ਤੁਹਾਨੂੰ ਟ੍ਰਿਕਸ ਸਮਝਾ ਕੇ ਦਿਖਾਉਂਦੇ ਵੀ ਕਿਵੇਂ ਨੇਗੀਆਂ. ਆਪਣੇ ਕੋਲ ਜੋ ਸਟੇਟਮੈਂਟ ਹੈ ਉਹ ਕੁਸ਼ਚਨਸ ਨੇ, ਕੁਸ਼ਚਨ 1-8 ਦੇ ਵਿੱਚੋਂ ਆਪਾਂ ਨੂੰ 5 ਕੁਸ਼ਚਨ ਆਪਣੇ ਕੋਲ ਪਹਿਲਾਂ ਨਾ. ਚਲੋ ਆਪਾਂ ਜੇ 5 ਕੁਸ਼ਚਨਸ ਕਰਨੇ ਆ, ਪਹਿਲੇ ਟਰੂ ਫਾਲਸ ਤੇ ਨਾਟ ਗਿਵਨ, ਤੇ ਪੇਪਰ ਦੇ ਵਿੱਚ ਇਹ ਟਾਈਪ ਆਪਾਂ ਨੂੰ 100% ਆ ਹੀ ਜਾਂਦੀ ਹੈ, 100% ਪੇਪਰ ਦੇ ਵਿੱਚ ਆ ਟਾਈਪ ਆਉਂਦੀ ਹੈ. ਕਿਵੇਂ ਕਲੀਅਰ ਹੋਊਗੀ ਆਹ ਮੈਟਰ ਕਰਦਾ ਹੈਗਾ, ਤੇ ਇਹਨੂੰ ਕਲੀਅਰ ਕਰਨਾ ਅਸੀਂ ਸਿਖਾਵਾਂਗੇ. ਜੇ ਤਾਂ ਜੋ ਇੱਧਰ ਸਟੇਟਮੈਂਟ 'ਚ ਦਿੱਤਾ ਹੋਇਆ ਤੇ ਬਲਕਿ ਉੱਧਰ ਵੀ ਸਟੇਟਮੈਂਟ ਤੇ ਲੋਕੇਸ਼ਨ ਤੇ ਜਾ ਕੇ ਸੇਮ ਹੋਇਆ ਕੀ ਹੋ ਗਿਆ ਟਰੂ, ਜੋ ਇੱਧਰ ਦਿੱਤਾ ਹੋਇਆ ਉੱਧਰ ਜਾ ਕੇ ਮੈਚ ਕਰਿਆ ਬਿਲਕੁਲ ਉਲਟ ਹੈ ਕੀ ਹੋ ਗਿਆ ਫਾਲਸ, ਜੋ ਇੱਧਰ ਦਿੱਤਾ ਹੋਇਆ ਹਾਫ ਦਿੱਤਾ ਹੋਇਆ ਹਾਫ ਉੱਧਰ ਦਿੱਤਾ ਹੋਇਆ, ਮਤਲਬ ਕਿ ਸਟੇਟਮੈਂਟ ਪੂਰੀ ਓ ਨਹੀਂ ਹੋਈ, ਐਕੂਰੇਟ ਕੀ ਹੋ ਗਿਆ ਨੋਟ ਗਿਵਨ. ਨੋਟ ਗਿਵਨ 2 ਤਰੀਕੇ ਨਾਲ ਆਉਂਦਾ ਹੁੰਦਾ, ਜਾਂ ਤਾਂ ਸਟੇਟਮੈਂਟ ਅੱਧੀ ਮਿਲ ਜੇ ਅੱਧੀ ਨਾ ਮਿਲੇ ਤਾਂ ਵੀ ਨੋਟ ਗਿਵਨ ਆ ਜਾਂਦਾ, ਜਾਂ ਸਟੇਟਮੈਂਟ ਬਿਲਕੁਲ ਵੀ ਨਾ ਮਿਲੇ ਤਾਂ ਵੀ ਨੋਟ ਗਿਵਨ ਆ ਜਾਂਦਾ. ਆਪਾਂ ਸ਼ੁਰੂ ਕਰਦੇ ਹਾਂ, ਦੇਖੀਏ ਪਹਿਲਾ ਕੁਸ਼ਚਨ ਰੀਡ ਆਊਟ ਕਰਦੇ ਹਾਂ ਫਿਰ ਫੀਲ ਕਰਿਓ ਕੀ ਚੀਜ਼ ਹੈ. ਸੋ ਫਸਟ ਕੁਸ਼ਚਨ ਕੀ ਹੈ, ਧਿਆਨ ਨਾਲ ਦੇਖੋ ਆਪਣਾ, ਨਾਲ ਨਾਲ ਤੁਸੀਂ ਵੀ ਕਰੋਗੇ ਆਂਸਰ ਅਸੀਂ ਵੀ ਕਰਾਵਾਂਗੇ. ਕਹਿੰਦਾ ਸ਼ਿਰੇਜ਼ ਇਜ਼, ਸ਼ਿਰੇਜ਼ ਬੰਦਾ ਹੈਗਾ ਠੀਕ ਹੈ, ਉਹਦਾ ਟ੍ਰਿਪ ਹੈ, ਸ਼ਿਰੇਜ਼ ਟ੍ਰਿਪ ਟੂ ਦ ਸਾਊਥ ਪੋਲ ਇਜ਼ ਵੈਲ ਨੋਨ ਟੂ ਅਦਰ ਐਕਸਪਲੋਰਰਸ. ਕਹਿੰਦੇ ਸ਼ਿਰੇਜ਼ ਦਾ ਜਿਹੜਾ ਸਾਊਥ ਪੋਲ ਦਾ ਟ੍ਰਿਪ ਸੀਗਾ
ਉਹ ਵੈਲ ਨੋਨ ਸੀ ਵੈਲ ਨੋਨ ਮੀਨਸ ਕਿ ਜਿਹੜਾ ਬਹੁਤ ਜ਼ਿਆਦਾ ਫੇਮਸ ਹੁੰਦਾ ਜਿਹਨੂੰ ਸਾਰੇ ਜਾਣਦੇ ਹੁੰਦੇ ਨੇ ਮਤਲਬ ਸ਼ਿਰੇਜ਼ ਦੇ ਸਾਊਥ ਪੋਲ ਦੇ ਟ੍ਰਿਪ ਬਾਰੇ ਅਦਰ ਐਕਸਪਲੋਰਰਸ ਨੂੰ ਪਤਾ ਸੀ ਜੇ ਤੁਹਾਨੂੰ ਐਵੇਂ ਨਹੀਂ ਆਉਂਦਾ ਤੁਸੀਂ ਇਹਨੂੰ ਤੋੜ ਸਕਦੇ ਹੋ ਤੋੜਨ ਦਾ ਮਤਲਬ ਪਤਾ ਕੀ ਹੁੰਦਾ ਵੀ ਸ਼ਿਰੇਜ਼ ਦਾ ਜਿਹੜਾ ਟ੍ਰਿਪ ਸੀ ਕਿੱਥੋਂ ਦਾ ਸੀ ਸਾਊਥ ਪੋਲ ਦਾ ਸੀ ਵੈਲ ਨੋਨ ਕਹਿੰਦੇ ਫੇਮਸ ਸੀਗਾ ਟੂ ਅਦਰ ਐਕਸਪਲੋਰਰ ਮਤਲਬ ਦੂਜੇ ਬੰਦਿਆਂ ਦੇ ਲਈ ਸ਼ਿਰੇਜ਼ ਨੇ ਜਿਹੜਾ ਟ੍ਰਿਪ ਕਰਿਆ ਸੀਗਾ ਜਿਹੜਾ ਸ਼ਿਰੇਜ਼ ਗਿਆ ਸੀਗਾ ਸਾਊਥ ਪੋਲ ਚ ਉਹ ਇੰਨਾ ਮਸ਼ਹੂਰ ਸੀਗਾ ਉਹ ਵੈਲ ਨੋਨ ਸੀਗਾ ਹੁਣ ਆਪਾਂ ਉਧਰ ਆਵਾਂਗੇ ਸਟੇਟਮੈਂਟ ਤੇ ਆਪਾਂ ਸਟੇਟਮੈਂਟ ਨੂੰ ਕੀ ਦੇਖਾਂਗੇ ਵੀ ਜਿੱਥੇ ਸ਼ਿਰੇਜ਼ ਦੀ ਗੱਲ ਹੋਵੇ ਅਦਰ ਐਕਸਪਲੋਰਰਸ ਦੀ ਗੱਲ ਹੋਵੇ ਅਦਰ ਐਕਸਪਲੋਰਰਸ ਮਿਲ ਜੇ ਆਪਾਂ ਨੂੰ ਹਨਾ ਤੇ ਦੇਖਦੇ ਹਾਂ ਲੋਕੇਸ਼ਨ ਕਿਵੇਂ ਲੱਭਦੇ ਆਪਾਂ ਠੀਕ ਹੈ ਸਾਊਥ ਪੋਲ ਮਿਲ ਜੇ ਉਹਦਾ ਹਨਾ ਅਦਰ ਐਕਸਪਲੋਰਰ ਮਿਲ ਜਾਣ ਸ਼ਿਰੇਜ਼ ਮਿਲ ਜੇ ਲੋਕੇਸ਼ਨ ਤੇ ਆਉਣ ਦੇ ਲਈ ਸਭ ਤੋਂ ਵਧੀਆ ਚੀਜ਼ ਕੀ ਹੈ ਆਪਾਂ ਦੇਖ ਸਕਦੇ ਹਾਂ ਇਹਨੂੰ ਹਾਂਜੀ ਮੈਮ ਹਾਂਜੀ ਤਾਂ ਆਪਾਂ ਦੇਖਾਂਗੇ ਕਿ ਸ਼ਿਰੇਜ਼ ਦੀ ਗੱਲ ਕਿੱਥੇ ਹੋ ਰਹੀ ਆ ਅਦਰ ਐਕਸਪਲੋਰਰਸ ਦੀ ਗੱਲ ਕਿੱਥੇ ਹੋ ਰਹੀ ਆ ਤਾਂ ਆਪਾਂ ਦੇਖ ਸਕਦੇ ਆ ਆ ਦੇਖੋ ਇੱਥੇ ਲਿਖਿਆ ਹੋਇਆ ਫੈਲੋ ਐਕਸਪਲੋਰਰਸ ਕੀ ਬਾਤ ਹੈ ਫੈਲੋ ਐਕਸਪਲੋਰਰਸ ਸਨਨੇਮ ਹੈ ਅਦਰ ਐਕਸਪਲੋਰਰਸ ਐਕਸਪਲੋਰਰਸ ਦਾ ਪਹਿਲਾ ਵਰਡ ਮਿਲ ਗਿਆ ਇਹ ਹੋ ਗਿਆ ਠੀਕ ਹੈ ਚਲੋ ਜੀ ਹੁਣ ਇਹ ਲਾਈਨ ਸਟਾਰਟ ਕਿੱਥੋਂ ਹੋ ਰਹੀ ਆ ਆਪਾਂ ਉਹਨੂੰ ਪੜ੍ਹਦੇ ਆ ਤਾਂ ਆਪਾਂ ਨੂੰ ਮਿਲ ਗਿਆ ਇਥੋਂ ਹਾਊਐਵਰ ਤੋਂ ਚਲੋ ਆਪਾਂ ਹਾਊਐਵਰ ਤੋਂ ਇੱਕ ਵਾਰ ਰੀਡ ਕਰਕੇ ਦੇਖੀਏ ਕਹਿੰਦਾ ਹਾਊਐਵਰ ਹਿਸ ਪਾਰਟ ਇਨ ਵਨ ਆਫ ਦਾ ਗ੍ਰੇਟੈਸਟ ਐਡਵੈਂਚਰ ਸਟੋਰੀ ਆਫ ਦਾ 20th ਸੈਂਚਰੀ ਇਜ਼ ਹਾਰਡਲੀ ਨੋਨ ਆਊਟਸਾਈਡ ਹਿਸ ਓਨ ਕੰਟਰੀ ਈਵਨ ਬਾਏ ਫੈਲੋ ਐਕਸਪਲੋਰਰਸ ਕਹਿੰਦੇ ਕਿ ਜਿਹੜੀ ਇਹਦੇ ਚ ਹਿਸ ਉਹ ਕਿਹਦੀ ਗੱਲ ਕਰ ਰਿਹਾ ਸ਼ਿਰੇਜ਼ ਦੀ ਗੱਲ ਕਰ ਰਿਹਾ ਹਾਂ ਉਹ ਕਹਿੰਦੇ ਜਿਹੜਾ ਉਹਦਾ ਐਡਵੈਂਚਰ ਸੀਗਾ ਨਾ 20th ਸੈਂਚਰੀ ਚ ਹਾਰਡਲੀ ਨੋਨ ਸੀਗਾ ਉਹਨਾਂ ਦਾ ਕੋਈ ਮਸ਼ਹੂਰ ਹੀ ਨਹੀਂ ਸੀਗਾ ਨਾ ਹਾਰਡਲੀ ਨੋਨ ਤਾਂ ਕੋਈ ਜਾਣਦਾ ਵੀ ਨਹੀਂ ਸੀਗਾ ਹਾਂ ਮਤਲਬ ਕਹਿੰਦੇ ਕਿ ਉਹਦੇ ਆਪਦੀ ਕੰਟਰੀ ਚ ਵੀ ਸ਼ਾਇਦ ਹੀ ਕੋਈ ਉਹਨੂੰ ਜਾਣਦਾ ਸੀਗਾ ਨਾ ਹੀ ਉਹਨੂੰ ਨਾਲ ਦੇ ਜਾਣਦੇ ਸੀ ਮਤਲਬ ਕੀ ਸੀਗਾ ਜੇ ਕਿਸੇ ਨੂੰ ਲੱਗੂ ਨਾ ਵੀ ਸਾਊਥ ਪੋਲ ਦੀ ਸਾਊਥ ਪੋਲ ਦਾ ਉੱਪਰੋਂ ਟਾਕ ਹੁੰਦੀ ਉਹ ਆ ਰਹੀ ਹੈ ਸਾਊਥ ਪੋਲ ਦਾ ਉੱਪਰੋਂ ਚੱਲਦਾ ਆ ਰਿਹਾ ਉਹਨਾਂ ਨੇ ਇਹ ਪੁੱਛਿਆ ਸੀ ਵੀ ਜਿਹੜਾ ਸ਼ਿਰੇਜ਼ ਦਾ ਟ੍ਰਿਪ ਸੀਗਾ ਉਹਦੇ ਜਿਹੜੇ ਅਦਰ ਐਕਸਪਲੋਰਰ ਸੀਗੇ ਉਹਨਾਂ ਚ ਵੈਲ ਨੋਨ ਹੈਗਾ ਸੀ ਮਸ਼ਹੂਰ ਹੈਗਾ ਸੀ ਇਹ ਕਹਿੰਦੇ ਨਾ 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 ਉਹ ਤਾਂ ਹਾਰਡਲੀ ਨੋਨ ਸੀਗਾ ਹੁਣ ਵੈਲ ਨੋਨ ਜਿਹੜਾ ਹੁੰਦਾ ਉਹ ਹੁੰਦਾ ਕਿ ਪੂਰਾ ਮਸ਼ਹੂਰ ਹੋਵੇ ਕੋਈ ਬੰਦਾ ਹਾਰਡਲੀ ਨੋਨ ਹੁੰਦਾ ਜਿਹਨੂੰ ਕੋਈ ਵੀ ਨਹੀਂ ਜਾਣਦਾ ਹੋਵੇ ਵੈਲ ਨੋਨ ਹੋ ਗਿਆ ਸਾਰੇ ਜਾਣਦੇ ਨੇ ਹਾਰਡਲੀ ਨੋਨ ਹੁੰਦਾ ਕੋਈ ਕੋਈ ਜਾਣਦਾ ਤਾਂ ਡੈਫੀਨੇਟਲੀ ਉਧਰ ਕੀ ਹੋ ਗਿਆ ਆਪਾਂ ਨੂੰ ਸਟੇਟਮੈਂਟ ਬਿਲਕੁਲ ਕੰਟਰਾਡਿਕਟ ਕਰ ਗਈ ਤੇ ਐਕੂਰੇਟ ਆਨਸਰ ਕੀ ਬਣ ਗਿਆ ਸ਼ੋਅ ਕਰਿਓ ਆਪਣੀ ਨੋਟਬੁੱਕ ਦੇ ਉੱਤੇ ਲਿਖ ਕੇ ਦਿਖਾ ਸਕਦੇ ਹੋ ਸਾਨੂੰ ਤੁਹਾਨੂੰ ਕੀ ਲੱਗਦਾ ਆਨਸਰ ਕੀ ਆਇਆ ਇਹ ਵੱਡੇ ਅੱਖਰਾਂ ਚ ਲਿਖ ਸਕਦੇ ਸੁਵਿਧਾ ਮੈਂ ਕੋਈ ਚੱਕਰ ਨਹੀਂ ਕੰਜੂਸੀ ਨਹੀਂ ਕਰਨੀ ਪੂਰਾ ਵੱਡਾ ਖਿੱਚ ਕੇ ਲਿਖੋ ਫਾਲਸ ਐਫ ਮੋਨਿਕਾ ਸ਼ਾਬਾਸ਼ ਮਤਲਬ ਐਕੂਰੇਟ ਆਨਸਰ ਫਾਲਸ ਕਿਉਂ ਆਇਆ ਕਿਉਂਕਿ ਉਧਰ ਕੁਐਸਚਨ ਵੈਰੀ ਗੁੱਡ ਸਾਰਿਆਂ ਦਾ ਬਹੁਤ ਅੱਛਾ ਜਿਹਨੇ ਫਾਲਸ ਸੋਚਿਆ ਕੁਐਸਚਨ ਨੇ ਕੀ ਕਿਹਾ ਸੀਗਾ ਵੀ ਉਹ ਬਹੁਤ ਮਸ਼ਹੂਰ ਸੀਗਾ ਆਹੀ ਸੀ ਨਾ ਉਹ ਬਹੁਤ ਮਸ਼ਹੂਰ ਸੀਗਾ ਲੋਕੇਸ਼ਨ ਨੇ ਕਿਹਾ ਉਹ ਤਾਂ ਹਾਰਡਲੀ ਨੋਨ ਸੀਗਾ ਉਹਨੂੰ ਤਾਂ ਭਾਈ ਕੋਈ ਕੋਈ ਜਾਣਦਾ ਸੀ ਉਹ ਕੋਈ ਮਸ਼ਹੂਰ ਨਹੀਂ ਸੀਗਾ ਸਟੇਟਮੈਂਟ ਕੰਟਰਾਡਿਕਟ ਹੋਣ ਕਰਕੇ ਆਨਸਰ ਬਣ ਗਿਆ ਫਾਲਸ ਵੈਰੀ ਗੁੱਡ ਰਵੀ ਜੀ ਗੋਡ ਬਲੈਸ ਯੂ ਚਲੋ ਸੈਕਿੰਡ ਕੁਐਸਚਨ ਦੇਖਦੇ ਆਪਾਂ ਸੈਕਿੰਡ ਕੁਐਸਚਨ ਕੀ ਹੈ ਕਹਿੰਦਾ ਸਿੰਸ ਸ਼ਿਰੇਜ਼ ਅਰਾਈਵਡ ਇਨ ਅੰਟਾਰਕਟਿਕਾ ਜਦੋਂ ਤੱਕ ਸ਼ਿਰੇਜ਼ ਅੰਟਾਰਕਟਿਕਾ ਪਹੁੰਚਿਆ ਸਮਾਲਰ ਸ਼ਿਪਸ ਹੈਵ ਆਲਸੋ ਮੇਡ ਦਾ ਜਰਨੀ ਉਦੋਂ ਤੱਕ ਜਿਹੜੀਆਂ ਛੋਟੀਆਂ ਸ਼ਿਪਸ ਸੀਗੀਆਂ ਉਹ ਆਪਦੀ ਜਰਨੀ ਨੂੰ ਪੂਰਾ ਕਰ ਚੁੱਕੀਆਂ ਸੀ ਮੀਨਸ ਕਿ ਜਦੋਂ ਤੱਕ ਸ਼ਿਰੇਜ਼ ਅੰਟਾਰਕਟਿਕਾ ਪਹੁੰਚਿਆ ਛੋਟੀਆਂ ਸ਼ਿਪਸ ਆਪਦੇ ਜਿਹੜਾ ਸਫ਼ਰ ਆ ਉਹਨੂੰ ਪੂਰਾ ਕਰ ਚੁੱਕੀਆਂ ਸੀ ਆਪਾਂ ਨੇ ਕੀ ਦੇਖਣਾ ਵੀ ਜਿੱਥੇ ਅੰਟਾਰਕਟਿਕਾ ਦੀ ਟਾਕ ਹੋ ਰਹੀ ਹੋਵੇ ਸਾਨੂੰ ਅੰਟਾਰਕਟਿਕਾ ਮਿਲ ਜੇ ਆਪਣਾ ਟੋਪਿਕ ਇਹ ਹੈ ਵੀ ਜਦੋਂ ਸ਼ਿਰੇਜ਼ ਅੰਟਾਰਕਟਿਕਾ ਪਹੁੰਚਿਆ ਨਾ ਜਦੋਂ ਪਹੁੰਚ ਗਿਆ ਉਹ ਜਿਹੜੀਆਂ ਛੋਟੀਆਂ ਸ਼ਿਪਸ ਸੀ ਨਾ ਛੋਟੀਆਂ ਕਿਸ਼ਤੀਆਂ ਸੀ ਨਾ ਉਹਨਾਂ ਸਾਰਿਆਂ ਨੇ ਆਪਣੀ ਜਰਨੀ ਹੈ ਜਿਹੜੀ ਜਿਹੜਾ ਜਿੱਥੋਂ ਜਿੱਥੋਂ ਆਉਣਾ ਸੀ ਨਾ ਉਹ ਸਾਰੀਆਂ ਨੇ ਆਪਣੀ ਜਰਨੀ ਹੈ ਜਿਹੜੀ ਉਹ ਪੂਰੀ ਕਰ ਲਈ ਸੀ ਮਤਲਬ ਆਲਰੇਡੀ ਪਹੁੰਚ ਚੁੱਕੀਆਂ ਸੀ ਉਹ ਇਹ ਜਰਨੀ ਪੂਰੀ ਕਰਨ ਦਾ ਮਤਲਬ ਕੀ ਹੋਇਆ ਆਲਰੇਡੀ ਉਹ ਪਹੁੰਚ ਚੁੱਕੀਆਂ ਸੀ ਹੁਣ ਆਪਾਂ ਜਿੱਥੇ ਅੰਟਾਰਕਟਿਕਾ ਦੀ ਟਾਕ ਹੋ ਗਈ ਆਪਾਂ ਇਹ ਦੇਖਾਂਗੇ ਵੀ ਸ਼ਿਰੇਜ਼ ਚਲੋ ਜੀ ਪਹੁੰਚ ਗਿਆ ਫਿਰ ਆਪਾਂ ਇਹ ਦੇਖਾਂਗੇ ਵੀ ਸ਼ਿਰੇਜ਼ ਤਾਂ ਪਹੁੰਚ ਗਿਆ ਕਿ ਜਿਹੜੀਆਂ ਛੋਟੀਆਂ ਬੋਟਸ ਨੇ ਉਹ ਵੀ ਪਹੁੰਚ ਗਈਆਂ ਨਾ ਕਿਤੇ ਇਹ ਨਾ ਹੋਵੇ ਵੀ ਸ਼ਿਰੇਜ਼ ਤਾਂ ਆ ਗਿਆ ਹੋਵੇ ਛੋਟੀਆਂ ਬੋਟ ਨਾ ਆਈਆਂ ਹੁਣ ਦੇਖਦੇ ਹਾਂ ਠੀਕ ਹੈ ਲੋਕੇਸ਼ਨ ਆਪਾਂ ਨੂੰ ਕੀ ਲੈ ਕੇ ਜਾਊਗਾ ਜਿੱਥੇ ਆਪਾਂ ਨੂੰ ਕੁਐਸਚਨ ਦੋ ਭਾਗਾਂ 'ਚ ਵੰਡਿਆ ਗਿਆ ਜਿੱਥੇ ਸ਼ਿਰੇਜ਼ ਅੰਟਾਰਕਟਿਕਾ ਪਹੁੰਚ ਜੇ ਉਸ ਤੋਂ ਬਾਅਦ ਜਿਹੜੀਆਂ ਸਮਾਲਰ ਸ਼ਿਪਸ ਹੈਗੀਆਂ ਨੇ ਉਹ ਵੀ ਆਪਣੀ ਜਰਨੀ ਨੂੰ ਪੂਰਾ ਕਰ ਚੁੱਕੀਆਂ ਹੁਣ ਚਲੋ ਜੀ ਅੰਟਾਰਕਟਿਕਾ ਦੇਖੀਏ ਸ਼ਿਰੇਜ਼ ਦੇ ਪਹੁੰਚਣ ਦਾ ਦੇਖੀਏ ਆ ਰਿਹਾ ਅੰਟਾਰਕਟਿਕਾ ਮੈਮ ਅੰਟਾਰਕਟਿਕਾ ਸਭ ਨੂੰ ਬਹੁਤ ਈਜ਼ੀਲੀ ਮਿਲ ਜੂਗਾ ਤੁਸੀਂ ਦੇਖੋ ਲੋਕੇਸ਼ਨ ਕਿੰਨੀ ਛੇਤੀ ਲੱਭੀ ਸਾਨੂੰ ਹਾਂ
ਤਾਂ ਇਹ ਸ਼ੁਰੂ ਕਿੱਥੋਂ ਹੁੰਦਾ ਪਹਿਲਾਂ ਇਹ ਦੇਖੀਏ ਇੱਥੇ ਦੀ ਹਾਂਜੀ ਸ਼ਿਰੇਜ਼ ਐਂਡ ਹਿਸ ਟੀਮ ਕਹਿੰਦਾ ਸ਼ਿਰੇਜ਼ ਐਂਡ ਹਿਸ ਟੀਮ ਸੇਲਡ ਇਨਟੂ ਅੰਟਾਰਕਟਿਕਾ ਹਾਂਜੀ ਜਿਹੜੇ ਸ਼ਿਰੇਜ਼ ਤੇ ਉਹਦੀ ਟੀਮ ਆ ਉਹ ਅੰਟਾਰਕਟਿਕਾ ਚ ਸੇਲ ਕਰ ਗਏ ਹਾਂ ਸੇਲ ਕਰਨਾ ਹੁੰਦਾ ਕਿ ਉਹਨਾਂ ਨੇ ਆਪਣੀ ਜਰਨੀ ਸੀ ਜਿਹੜੀ ਉਹਨੂੰ ਪੂਰਾ ਕਰ ਲਿਆ ਪਹੁੰਚ ਗਏ ਆ ਗਏ ਉਹ ਠੀਕ ਹੈ ਉਹਨੇ ਤੱਕ ਤਾਂ ਸੇਮ ਮੈਚ ਹੋ ਗਿਆ ਹੁਣ ਆਪਾਂ ਨੇ ਦੇਖਣਾ ਵੀ ਜਿਹੜੀਆਂ ਛੋਟੀਆਂ ਬੋਟਸ ਨੇ ਕਿ ਉਹਨਾਂ ਨੇ ਵੀ ਆਪਣੀ ਜਿਹੜੀ ਜਰਨੀ ਉਹ ਪੂਰੀ ਕਰ ਲਈ ਕਹਿੰਦਾ ਬੇ ਓ ਵੇਲਸ ਇਨ ਦ ਸਮਾਲੈਸਟ ਸ਼ਿਪ ਐਵਰ ਟੂ ਟਰਾਈ ਇਟਸ ਅ ਲੱਕ ਇਨ ਦੀਜ਼ ਡੇਂਜਰਸ ਵਾਟਰ ਉਹ ਕੀ ਕਹਿਣਾ ਚਾਹੁੰਦੇ ਆ ਸ਼ਿਰੇਜ਼ ਤੇ ਉਹਦੀ ਟੀਮ ਤਾਂ ਅੰਟਾਰਕਟਿਕਾ ਪਹੁੰਚ ਗਏ ਜਿਹੜੀਆਂ ਛੋਟੀਆਂ ਸ਼ਿਪ ਸੀਗੀਆਂ ਉਹ ਹਾਲੇ ਵੀ ਡੇਂਜਰਸ ਵਾਟਰ ਚ ਆਪਦੀ ਕਿਸਮਤ ਅਜਮਾ ਰਹੀਆਂ ਸੀ ਮਤਲਬ ਇਹ ਹੈ ਕਿ ਉਹ ਪਹੁੰਚੀਆਂ ਨਹੀਂ ਸੀ ਉਹਨਾਂ ਨੇ ਆਪਣੀ ਜਰਨੀ ਪੂਰੀ ਨਹੀਂ ਕਰੀ ਸੀਗੀ ਉਹ ਤਾਂ ਹਾਲੇ ਆਪਦੀ ਉਹਨਾਂ ਨੇ ਕਿਹਾ ਐਵਰ ਟਰਾਈ ਟੂ ਟਰਾਈ ਇਟਸ ਲੱਕ ਇਨ ਦੀਸ ਡੇਂਜਰਸ ਵਾਟਰਸ ਉਹ ਹਾਲੇ ਕਿਸਮਤ ਅਜਮਾ ਰਹੀਆਂ ਸੀ ਵੀ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਐਗਜ਼ੈਕਟਲੀ ਜਿਹੜੀਆਂ ਸਮਾਲੈਸਟ ਸ਼ਿਪ ਨੇ ਸ਼ਿਰੇਜ਼ ਅੰਟਾਰਕਟਿਕਾ ਪਹੁੰਚ ਚੁੱਕਿਆ ਸਹੀ ਹੈ ਪਰ ਜਿਹੜੀਆਂ ਸਮਾਲੈਸਟ ਸ਼ਿਪਸ ਨੇ ਨਾ ਉਹ ਨਹੀਂ ਪਹੁੰਚੀਆਂ ਹੈਗੀਆਂ ਸਟੇਟਮੈਂਟ ਫਿਰ ਕੰਟਰਾਡਿਕਟ ਕਰ ਗਈ ਤੇ ਐਕੂਰੇਟ ਆਨਸਰ ਅਗੇਨ ਫਾਲਸ ਹੋ ਗਿਆ ਜਿਹਨੇ ਜਿਹਨੇ ਫਾਲਸ ਸੋਚਿਆ ਐਕੂਰੇਟ ਸੇਮ ਹੈਗਾ ਤੁਸੀਂ ਇਹ ਦੇਖੋ ਕਿਤੇ ਆਹ ਨਾ ਦੇਖ ਲਓ ਵੀ ਸ਼ਿਰੇਜ਼ ਤਾਂ ਪਹੁੰਚ ਗਏ ਸੀ ਚਲੋ ਵੈਰੀ ਗੁੱਡ ਪਹੁੰਚ ਗਿਆ ਪਰ ਬਾਕੀ ਉਹਨਾਂ ਨੂੰ ਵੀ ਤਾਂ ਪਹੁੰਚਣਾ ਚਾਹੀਦਾ ਨਾ ਉਹਨਾਂ ਨੂੰ ਵੀ ਤਾਂ ਪਹੁੰਚਣਾ ਚਾਹੀਦਾ ਹੈਗਾ ਚਲੋ ਜੀ ਆਪਾਂ ਦੇਖਦੇ ਹਾਂ ਨੈਕਸਟ ਕੁਐਸਚਨ ਦੂਜੀਆਂ ਤਾਂ ਪਹੁੰਚੀਆਂ ਨਹੀਂ ਸੀ ਨਾ ਇਸ ਕਰਕੇ ਹੁਣ ਸਾਰਿਆਂ ਦੇ ਦਿਮਾਗ 'ਚ ਨਾ ਇੱਕ ਬੜਾ ਆਇਲਸ ਵਾਲੇ ਬੱਚੇ ਦਾ ਕੀੜਾ ਕੀ ਹੁੰਦਾ ਦੋ ਵਾਰ ਫਾਲਸ ਆ ਗਿਆ ਸਰ ਹੁਣ ਤਾਂ ਨਹੀਂ ਆਉਂਦਾ ਹੁਣ ਨਹੀਂ ਆ ਸਕਦਾ ਮਤਲਬ ਇੰਨੇ ਵੀ ਫਾਲਸ ਕੀ ਕਹਿਣੇ ਨੇ ਸਰ ਤਾਂ ਬੱਚਾ ਅੱਧੇ ਵਰਤਾ ਇਹ ਚੀਜ਼ ਨੂੰ ਤੁੱਕਾ ਹੀ ਮਾਰ ਦੇਗਾ ਵੀ ਇਤਕੀ ਤਾਂ ਕਿਸਮਤ ਤੇ ਅਜਮਾਉਂਦੇ ਹੈਗੇ ਚਲੋ ਦੇਖਦੇ ਹਾਂ ਖ਼ਬਰ ਤੁਹਾਡਾ ਯਕੀਨ ਸ਼ੱਕ ਕੀ ਕੁਛ ਹੋ ਸਕਦਾ ਹੈਗਾ ਕਹਿੰਦਾ ਸ਼ਿਰੇਜ਼ ਓਰੀਜਨਲ ਐਂਬੀਸ਼ਨ ਓਰੀਜਨਲ ਐਂਬੀਸ਼ਨ ਹੁੰਦਾ ਨਾ ਜਿਹੜੀ ਬੰਦੇ ਦੇ ਮਨ ਚ ਇੱਛਾ ਹੁੰਦੀ ਹੈ ਕਿਸੇ ਕੰਮ ਨੂੰ ਕਰਦੀ ਫਿਊਚਰ ਪਲਾਨ ਸੀ ਜਿਹੜਾ ਉਹਦਾ was to travel to north pole ਹਾਂਜੀ ਸ਼ਿਰੇਜ਼ ਦਾ ਜਿਹੜਾ ਓਰੀਜਨਲ ਐਂਬੀਸ਼ਨ ਸੀ ਸੁਪਨਾ ਸੀਗਾ ਉਹ ਕੀ ਸੀਗਾ ਨਾਰਥ ਪੋਲ ਤੇ ਟਰੈਵਲ ਕਰਨ ਦਾ ਹਾਂ ਹੁਣ ਆਪਾਂ ਇਹ ਦੇਖਣਾ ਵੀ ਸ਼ਿਰੇਜ਼ ਨਾਰਥ ਪੋਲ ਤੇ ਟਰੈਵਲ ਕਰਨਾ ਚਾਹੁੰਦਾ ਸੀ ਕਿ ਉਹਦਾ ਡ੍ਰੀਮ ਹੈਗਾ ਸੀਗਾ ਵੀ ਉਹ ਚਾਹੁੰਦਾ ਸੀ ਵੀ ਸ਼ਿਰੇਜ਼ ਦਾ ਓਰੀਜਨਲ ਐਂਬੀਸ਼ਨ ਜੇ ਕੋਈ ਬੰਦਾ ਮੈਨੂੰ ਪੁੱਛੂਗਾ ਨਾ ਵੀ ਤੇਰਾ ਰਮਨ ਓਰੀਜਨਲ ਐਂਬੀਸ਼ਨ ਕੀ ਹੈ ਤਾਂ ਮੈਂ ਡੈਫੀਨਿਟਲੀ ਕੀ ਕਹੂੰਗਾ ਗੋਲਡਨ ਗੋਲਡਨ ਬਟਨ ਹੈ ਮੇਰਾ ਹਾਂ ਇਹ ਵੀ ਹੈ ਮੈਂ ਦੱਸਦਾ ਨਾ ਆਊਗਾ ਵੀ ਤੇ ਜਦੋਂ ਗੋਲਡਨ ਆ ਗਿਆ ਮੈਂ ਚੁੱਪ ਨਹੀਂ ਪੈਂਦਾ ਫਿਰ ਮੇਰਾ ਡਾਇਮੰਡ ਹੋ ਜੂਗਾ ਇਹ ਨਹੀਂ ਹੈਗਾ ਸਮਝੇ ਮੇਰੀ ਗੱਲ ਪਰ ਪਹਿਲਾ ਸਟੈਪ ਹੈ ਛੋਟਾ ਸਟੈਪ ਚੱਕ ਰਹੇ ਹੈਗੇ ਇਟ ਵੁੱਡ ਬੀ ਅ ਗੋਲਡਨ ਤੇ ਉਹ ਤੁਸੀਂ ਇਹ ਲੈ ਕੇ ਆਉਣਾ ਹੈਗਾ ਠੀਕ ਆ ਆਪਾਂ ਹੁਣ ਇਹ ਦੇਖਣਾ ਵੀ ਸ਼ਿਰੇਜ਼ ਦਾ ਛੋਟੇ ਹੁੰਦੇ ਤੋਂ ਸੁਪਨਾ ਸੀਗਾ ਵੀ ਨਾਰਥ ਪੋਲ ਤੇ ਜਾਣਾ ਸ਼ੁਰੂ ਤੋਂ ਹੀ ਹੁਣ ਦੇਖਦੇ ਜੇ ਤਾਂ ਹੈਗਾ ਸੀ ਤਾਂ ਟਰੂ ਹੈ ਜੇ ਨਹੀਂ ਸੀ ਤਾਂ ਫਾਲਸ ਹੈ ਜੇ ਗੱਲ ਹੋਰ ਹੋ ਗਈ ਤਾਂ ਮਿੱਤਰੋ ਆਪਾਂ ਦੇਖੋ ਹੁਣ ਤੱਕ ਸਾਊਥ ਪੋਲ ਦੀ ਗੱਲ ਕਰ ਰਹੇ ਸੀ ਹੁਣ ਆਪਾਂ ਦੇਖਾਂਗੇ ਜਿੱਥੇ ਵੀ ਨਾਰਥ ਪੋਲ ਦੀ ਗੱਲ ਹੋ ਰਹੀ ਹੋਗੀ ਉਹ ਆਪਣੀ ਲੋਕੇਸ਼ਨ ਹੋਏਗੀ ਤੁਸੀਂ ਇਹ ਦੇਖੋ ਕਿ ਇੱਕ ਇੱਕ ਵਰਡ ਤੋਂ ਲੋਕੇਸ਼ਨ ਮਿਲਦੀ ਹੁੰਦੀ ਹੈ ਤੇ ਆਪਾਂ ਨਾਰਥ ਪੋਲ ਤੁਸੀਂ ਦੇਖੋਗੇ ਤਾਂ ਤੁਹਾਨੂੰ ਥਰਡ ਲਾਈਨ ਦੇ ਵਿੱਚ ਦੇਖੋ ਸੈਕਿੰਡ ਪੈਰਾਗ੍ਰਾਫ ਥਰਡ ਲਾਈਨ ਆ ਪਿਆ ਨਾਰਥ ਪੋਲ ਦੇਖੋ ਲੋਕੇਸ਼ਨ ਤੇ ਜਾਣਾ ਇਜ਼ ਨਾਟ ਅ ਟਫ ਆਈਡੀਆ ਦੈਟਸ ਸੋ ਈਜ਼ੀ ਠੀਕ ਹੈ ਚਲੋ ਪੜੀਏ ਕਹਿੰਦਾ Since boyhood, ਮਤਲਬ boyhood ਕਿਉਂ ਗਿਆ ਸ਼ੁਰੂ ਤੋਂ ਬਚਪਨ ਤੋਂ ਹੀ ਹੈ ਨਾ ਜਦੋਂ ਮੁੰਡਾ ਸੀਗਾ ਉਹ ਸ਼ਿਰੇਜ਼ ਹੈਡ ਡ੍ਰੀਮਡ ਉਹਨੇ ਸੁਪਨਾ ਦੇਖਿਆ ਸੀ ਆਫ ਬਿਕਮਿੰਗ ਅ ਪੋਲਰ ਐਕਸਪਲੋਰਰ ਕਹਿੰਦੇ ਜਦੋਂ ਬਚਪਨ ਤੋਂ ਹੀ ਸ਼ਿਰੇਜ਼ ਨੇ ਪੋਲਰ ਐਕਸਪਲੋਰਰ ਬਣਨ ਦਾ ਸੁਪਨਾ ਦੇਖਿਆ ਸੀ ਹਾਂ ਲਾਈਕ ਅਮਨਸਨ ਕੋਈ ਅਮਨਸਨ ਬੰਦਾ ਹੈਗਾ ਹੀ ਇਨੀਸ਼ੀਅਲੀ ਉਹਨੇ ਸ਼ੁਰੂਆਤ ਦੇ ਵਿੱਚ set his sights of the ਨਿਗਾਹ ਟਕਾਲੀ ਸੀ on the north pole like amundsen ਦੇ ਵਾਂਗੂ ਮਤਲਬ ਉਹਦੇ ਵਾਂਗੂ ਉਹਨੇ ਸ਼ੁਰੂ ਚ ਹੀ initially ਹੀ ਸੋਚ ਲਿਆ ਸੀ ਉਹਨੇ ਆਪਣੀ ਨਿਗਾਹ ਟਕਾਲੀ ਸੀ ਵੀ ਮੈਂ ਕਿੱਥੇ ਜਾਊਂਗਾ north pole ਤੇ ਜਾਊਂਗਾ ਤਾਂ definitely ਆਪਾਂ ਨੂੰ ਬਿਲਕੁਲ statement match ਕਰੀ ਹੋਈ ਆ ਆਪਣੇ ਬਚਪਨ ਤੋਂ ਹੀ ਸ਼ਿਰੇਜ਼ ਨੇ ਇਹ ਸੋਚ ਲਿਆ ਸੀ ਵੀ ਆਪਾਂ ਤਾਂ ਪੋਲਰ ਐਕਸਪਲੋਰਰ ਤਾਂ ਬਣਨਾ ਹੀ ਬਣਨੇਗਾ ਫਿਰ ਉਹਨੇ ਅਮਨਸਨ ਕੋਈ ਬੰਦਾ ਹੈ ਉਹਦੇ ਵਾਂਗੂ ਸ਼ੁਰੂ ਤੋਂ ਹੀ ਇਨੀਸ਼ੀਅਲੀ ਆਪਣੀ ਨਿਗਾਹ ਜਿਹੜੀ ਸੈੱਟ ਕਰ ਲਈ ਸੀ ਕਿ ਮੈਂ ਜਾਣਾ ਕਿੱਥੇ ਹੈ ਨਾਰਥ ਪੋਲ ਤੇ ਉਧਰ ਕੁਐਸਚਨ ਨੇ ਆਪਾਂ ਨੂੰ ਕੀ ਕਿਹਾ ਸੀ ਵੀ ਸ਼ਿਰੇਜ਼ ਦਾ ਜਿਹੜਾ ਸੁਪਨਾ ਨਾਰਥ ਪੋਲ ਤੇ ਜਾਣ ਦਾ ਸੀਗਾ ਇੱਧਰ ਵੀ ਉਹਨਾਂ ਨੇ ਬਿਲਕੁਲ ਸੇਮ ਕਹਿਤਾ ਵੀ ਸ਼ਿਰੇਜ਼ ਨੇ ਸ਼ੁਰੂ ਤੋਂ ਹੀ ਨਾਰਥ ਪੋਲ ਤੇ ਜਾਣ ਦਾ ਸੁਪਨਾ ਦੇਖਿਆ ਸੀ ਤਾਂ ਐਕੂਰੇਟ ਆਨਸਰ ਹੈ ਟਰੂ ਜਿਹਨੇ ਜਿਹਨੇ ਸੋਚਿਆ ਤਾਂ ਟਰੂ ਮੋਨਿਕਾ ਤੁਸੀਂ ਬਿਲਕੁਲ ਠੀਕ ਲਿਖਿਆ ਤਾਂ ਬਿਲਕੁਲ ਅਗਰੀ ਕਰਦੇ ਹਾਂ ਅਸੀਂ ਇਹ ਚੀਜ਼ ਨਾਲ ਤੇ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਰੱਜਵਾਂ ਪਿਆਰ ਤਾਂ ਐਕੂਰੇਟ ਆਨਸਰ ਹੈਗਾ ਟਰੂ ਇਜ਼ ਇਟ ਕਲੀਅਰ ਠੀਕ ਆ ਤਿੰਨ ਕੁਐਸਚਨ ਹੋ ਗਏ ਆਪਣੇ ਮੈਂ ਤਿੰਨੇ ਕੁਐਸਚਨ ਦਾ ਜੇ ਓਵਰਆਲ ਇੱਕ ਵਾਰ ਆਪਾਂ ਦੇਖੀਏ
ਪਹਿਲਾ ਕੁਐਸਚਨ ਫਾਲਸ ਕਿਉਂ ਹੋਇਆ ਸੀ? ਇਧਰ ਉਹ ਕਹਿੰਦੇ ਵੈਲ ਨੋਨ ਹੈ, ਉਧਰਲੇ ਕਹਿੰਦੇ ਹਾਰਡਲੀ ਨੋਨ ਹੈ, ਹਾਰਡਲੀ। ਸੈਕਿੰਡ ਦੇ ਵਿੱਚ ਉਹ ਕਹਿੰਦਾ ਵੀ ਜਦੋਂ ਅੰਟਾਰਟਿਕਾ ਪਹੁੰਚਿਆ ਜਿਹੜੀਆਂ ਸਮਾਲਰ ਸ਼ਿਪ ਸੀ ਉਹਨਾਂ ਨੇ ਵੀ ਆਪਣੀ ਜਰਨੀ ਪੂਰੀ ਕਰ ਲਈ, ਅੰਟਾਰਟਿਕਾ ਤੱਕ ਤਾਂ ਉਹ ਪਹੁੰਚ ਗਏ ਸੀ, ਪਰ ਸਮਾਲਰ ਸ਼ਿਪ ਨੇ ਜਿਹੜੀਆਂ ਉਹਨਾਂ ਨੇ ਤਾਂ ਹਾਲੇ ਤਾਂ ਪਾਣੀ 'ਚ ਸੀ, ਪਹੁੰਚੀਆਂ ਨਹੀਂ ਸੀਗੀਆਂ, ਤਾਂ ਕਰਕੇ ਫਾਲਸ ਹੋ ਗਿਆ। ਇਹ ਕਹਿੰਦੇ ਵੀ ਸ਼੍ਰੇਸ਼ ਦਾ ਓਰੀਜਨਲ ਐਂਬੀਸ਼ਨ ਸੀ ਜਿਹੜਾ ਟਰੈਵਲ ਕਰਨ ਦਾ ਨੌਰਥ ਪੋਲ ਤੇ, ਬਿਲਕੁਲ ਸਹੀ ਹੈ, ਟਰੂ ਹੈ, ਉਹਨੇ ਸ਼ੁਰੂ ਦੇ ਵਿੱਚ ਹੀ ਸੋਚ ਲਿਆ ਸੀ ਵੀ ਮੈਂ ਨੌਰਥ ਪੋਲ ਤੇ ਜਾਊਂਗਾ। ਚਲੋ ਜੀ, ਫੋਰਥ ਕੁਐਸਚਨ ਹੈ ਜਿਹੜਾ, ਸਮ ਜੈਪਨੀਜ਼ ਆਫੀਸ਼ੀਅਲ ਥੌਟ ਸ਼੍ਰੇਸ਼ ਇੰਟੈਂਸ਼ਨ ਟੂ ਟਰੈਵਲ ਟੂ ਸਾਊਥ ਪੋਲ ਵਾਸ ਪੁਆਇੰਟਲੈਸ। ਕਹਿੰਦੇ ਕੁਝ ਜੈਪਨੀਜ਼ ਆਫੀਸ਼ੀਅਲਸ ਕੀ ਸੋਚਦੇ ਸੀ ਕਿ ਜਿਹੜਾ ਸ਼੍ਰੇਸ਼ ਦੀ ਇੰਟੈਂਸ਼ਨ ਆ ਕਿ ਉਹ ਸਾਊਥ ਪੋਲ ਤੇ ਜਾਣਾ ਚਾਹੁੰਦਾ, ਉਹ ਪੁਆਇੰਟਲੈਸ, ਉਹਦਾ ਕੋਈ ਮਤਲਬ ਨਹੀਂ ਹੈ। ਮਤਲਬ ਕੀ ਹੈ? ਜਿਹੜੇ ਦੇਖੋ ਤੋੜਾ ਇਹਨੂੰ, ਕੁਛ ਜੈਪਨੀਜ਼ ਆਫੀਸ਼ੀਅਲਸ, ਆਫੀਸ਼ੀਅਲ ਕੌਣ ਹੁੰਦੇ ਨੇ? ਜਿਹੜੇ ਗਵਰਨਮੈਂਟ ਦੇ ਬੰਦੇ ਹੁੰਦੇ ਆ, ਠੀਕ ਹੈ, ਕੁਛ ਕੁ ਜੈਪਨੀਜ਼ ਗਵਰਨਮੈਂਟ ਦੇ ਬੰਦਿਆਂ ਨੇ ਸੋਚਿਆ ਕਿ ਜਿਹੜਾ ਸ਼੍ਰੇਸ਼ ਦੀ ਇੰਟੈਂਸ਼ਨ ਹੈ ਨਾ ਕਿੱਥੇ ਟਰੈਵਲ ਕਰਨਾ ਸਾਊਥ ਪੋਲ ਤੇ, ਵਾਸ ਪੁਆਇੰਟਲੈਸ, ਵੀ ਇਹਦਾ ਕੋਈ ਐਡਾ ਫਾਇਦਾ ਫੁਇਦਾ ਨਹੀਂ ਹੈਗਾ, ਪੁਆਇੰਟਲੈਸ ਹੈ, ਕੋਈ ਯੂਜ਼ਲੈਸ ਹੈ। ਜੈਪਨੀਜ਼ ਸਰਕਾਰ ਦੇ ਬੰਦਿਆਂ ਨੇ ਇਹ ਸੋਚਿਆ, ਜੈਪਨੀਜ਼ ਸਰਕਾਰ ਦੇ ਬੰਦਿਆਂ ਨੇ ਇਹ ਸੋਚਿਆ ਕਿ ਸ਼੍ਰੇਸ਼ ਦਾ ਸਾਊਥ ਪੋਲ ਤੇ ਜਾਣਾ ਕੋਈ ਵਧੀਆ ਕੰਮ ਨਹੀਂ ਹੈਗਾ, ਪੁਆਇੰਟਲੈਸ ਹੈ, ਯੂਜ਼ਲੈਸ ਹੈਗਾ। ਚਲੋ ਦੇਖੀਏ ਲੋਕੇਸ਼ਨ, ਦੇਖਾਂਗੇ ਜੈਪਨੀਜ਼ ਆਫੀਸ਼ੀਅਲਸ ਦੀ ਗੱਲ ਕਿੱਥੇ ਹੋ ਰਹੀ ਆ, ਅਸੀਂ ਜੈਪਨੀਜ਼ ਦੇਖਣਾ, ਜੈਪਨੀਜ਼ ਕਿੱਥੇ ਬੈਠੇ ਆ, ਗਵਰਨਮੈਂਟ ਆਫੀਸ਼ੀਅਲ ਜੈਪਨੀਜ਼, ਲੋਕੇਸ਼ਨ ਦੇਖੋ ਮਿਲ ਗਈ, ਆਪਾਂ ਹੁਣ ਇਹਨੂੰ ਪੜ੍ਹਦੇ ਹਾਂਗੇ, ਠੀਕ ਆ। ਕਿੱਥੋਂ ਪੜ੍ਹੀਏ? ਸ਼੍ਰੇਸ਼ ਪੁੱਟ ਹਿਜ਼ ਪਲਾਨਸ ਬਿਫੋਰ ਜੈਪਨੀਜ਼ ਗਵਰਨਮੈਂਟ ਆਫੀਸ਼ੀਅਲ ਪ੍ਰੋਮਿਸਿੰਗ ਟੂ ਰੇਜ਼ ਦਾ ਫਲੈਗ ਐਟ ਦਾ ਸਾਊਥ ਪੋਲ ਵਿਦ ਇਨ 3 ਈਅਰਸ। ਕਹਿੰਦੇ ਸ਼੍ਰੇਸ਼ ਨੇ ਆਪਦਾ ਪਲਾਨ ਜੈਪਨੀਜ਼ ਆਫੀਸ਼ੀਅਲਸ ਦੇ ਅੱਗੇ ਰੱਖਿਆ ਤੇ ਉਹਨਾਂ ਨੂੰ ਕਿਹਾ, ਪ੍ਰੋਮਿਸ ਕੀਤਾ ਵੀ ਮੈਂ ਪੱਕਾ 3 ਸਾਲਾਂ ਦੇ ਵਿੱਚ ਆਪਣੇ ਦੇਸ਼ ਦਾ ਝੰਡਾ ਸਾਊਥ ਪੋਲ ਦੇ ਉੱਤੇ ਗੱਡ ਦੂੰਗਾ। ਹਾਂ, ਸ਼੍ਰੇਸ਼ ਨੇ ਸਰਕਾਰ ਨੂੰ ਕਿਹਾ ਕਿ ਮੈਂ 3 ਸਾਲਾਂ ਦੇ ਵਿੱਚ 3 ਈਅਰ ਦੇ ਵਿੱਚ ਜਿਹੜਾ ਆਪਣਾ ਝੰਡਾ ਹੈਗਾ ਉਹ ਸਾਊਥ ਪੋਲ ਤੇ ਗੱਡ ਦੂੰਗਾ। ਫੋਰ ਮੈਨੀ ਆਫ ਦੈਮ, ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦੇ, ਦਾ ਕੁਐਸਚਨ ਵਾਸ ਨਾਟ ਕੁਡ ਹੀ ਡੂ ਇਟ। ਕਹਿੰਦੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਦਾ ਕੁਐਸਚਨ ਇਹ ਨਹੀਂ ਸੀ ਵੀ ਕੀ ਇਹ ਕਰ ਪਾਊਗਾ, ਬਟ ਵਾਈ ਵੁੱਡ ਇਟ ਬੀ ਵਰਥ ਡੂਇੰਗ। ਕਹਿੰਦੇ ਪਰ ਉਹ ਤਾਂ ਸਗੋਂ ਇਹ ਕਹਿੰਦੇ ਸੀ ਵੀ ਫਾਇਦਾ ਕੀ ਹੈ, ਕਰਨਾ ਕਿਉਂ ਹੈ, ਮਤਲਬ ਜਦੋਂ ਸ਼੍ਰੇਸ਼ ਨੇ ਆਪਦਾ ਪਲਾਨ ਸੀ ਜਿਹੜਾ ਉਹਦਾ ਉਹ ਗਵਰਨਮੈਂਟ ਆਫੀਸ਼ੀਅਲਸ ਦੇ ਅੱਗੇ ਰੱਖਿਆ, ਉਹਨੇ ਪ੍ਰੋਮਿਸ ਕੀਤਾ 3 ਸਾਲ ਚ ਕਹਿੰਦਾ ਸਾਊਥ ਪੋਲ ਤੇ ਝੰਡਾ ਗੱਡ ਦੂੰਗਾ। ਜਿਹੜੇ ਗਵਰਨਮੈਂਟ ਦੇ ਬੰਦੇ ਸੀ ਕਹਿੰਦੇ ਉਹ ਇਹ ਸੋਚ ਰਹੇ ਸੀ, ਉਹਨਾਂ ਨੂੰ ਅੱਧਿਆਂ ਨੂੰ ਐਂ ਸੀ ਵੀ ਇਹ ਕਰ ਪਾਊਗਾ ਜਾਂ ਨਹੀਂ, ਇਹ ਕੋਈ ਚੱਕਰ ਨਹੀਂ ਸੀ, ਉਹ ਕਹਿੰਦੇ ਫਾਇਦਾ ਕੀ ਆ, ਕਿਉਂ ਲਾਉਣਾ ਝੰਡਾ। ਤਾਂ ਡੈਫੀਨਿਟਲੀ ਪੁਆਇੰਟਲੈਸ ਹੈਗਾ, ਉਹ ਕਹਿੰਦੇ ਵੀ ਸਾਡੇ ਮਨ ਚ ਇਹ ਸ਼ੱਕ ਵੀ ਨਹੀਂ ਹੈਗਾ ਵੀ ਤੂੰ ਕਰ ਪਾਏਗਾ ਜਾਂ ਨਹੀਂ ਕਰ ਪਾਏਗਾ, ਕਹਿੰਦੇ ਵੀ ਫਾਇਦਾ ਕੀ ਹੈ ਉੱਥੇ ਸਾਡਾ ਝੰਡਾ ਲਾਏ ਦਾ, ਤਾਂ ਡੈਫੀਨੇਟਲੀ ਕੀ ਹੋ ਗਿਆ, ਪੁਆਇੰਟਲੈਸ ਹੈ। ਤਾਂ ਕਹਿੰਦੇ ਸਾਨੂੰ ਕੋਈ ਮਤਲਬ ਹੀ ਨਹੀਂ ਹੈਗਾ, ਲੱਗੇ ਲੱਗੇ ਨਾ ਲੱਗੇ ਨਾ ਲੱਗੇ। ਤਾਂ ਕੁਐਸਚਨ ਉਧਰ ਕੀ ਕਹਿਣਾ ਸੀ ਵੀ ਸਰਕਾਰ ਦੇ ਬੰਦੇ ਸੋਚਦੇ ਨੇ ਵੀ ਉਹ ਪੁਆਇੰਟਲੈਸ ਹੈ, ਤਾਂ ਡੈਫੀਨੇਟਲੀ ਉਹ ਸੱਚ ਹੀ ਸੋਚਦੇ ਨੇ ਵੀ ਉਹ ਪੁਆਇੰਟਲੈਸ ਹੀ ਹੈ, ਕਿਉਂਕਿ ਉਹਨਾਂ ਨੇ ਕਹਿਣਾ ਕਿ ਵਰਥ ਨਹੀਂ ਹੈਗਾ, ਵਰਥ ਡੂਇੰਗ ਨਹੀਂ ਹੈਗਾ, ਇਹਦਾ ਫਾਇਦਾ ਨਹੀਂ ਹੋਣਾ, ਕੀ ਫਾਇਦਾ ਇਹਦਾ, ਤਾਂ ਪੁਆਇੰਟਲੈਸ ਹੋ ਗਿਆ। ਤਾਂ ਡੈਫੀਨੇਟਲੀ ਐਕੂਰੇਟ ਆਂਸਰ ਹੈਗਾ ਟਰੂ। ਟਰੂ ਕਿਉਂ ਆਇਆ? ਕਿਉਂਕਿ ਇਧਰ ਉਹਨੇ ਪੁੱਛਿਆ ਸੀਗਾ ਵੀ ਜਿਹੜਾ ਸ਼੍ਰੇਸ਼ ਹੈਗਾ ਉਹ ਸਾਊਥ ਪੋਲ ਦੇ ਉੱਤੇ ਝੰਡਾ ਲਾਉਣ ਦਾ ਜਿਹੜਾ ਉਹਦਾ ਸੁਪਨਾ ਸੀਗਾ ਵੀ ਮੈਂ ਜਾ ਕੇ ਨਾ ਉੱਥੇ ਝੰਡਾ ਲਾ ਦੂੰਗਾ, ਉਹਨਾਂ ਦੀ ਸਰਕਾਰ ਦੇ ਬੰਦੇ ਨੇ ਕਿਹਾ ਵੀ ਇਹ ਪੁਆਇੰਟਲੈਸ ਹੈ, ਯੂਜ਼ਲੈਸ ਹੈ। ਜਦੋਂ ਆਪਾਂ ਲੋਕੇਸ਼ਨ ਤੇ ਜਾ ਕੇ ਦੇਖਿਆ ਨਾ, ਤਾਂ ਆਪਾਂ ਨੂੰ ਬਿਲਕੁਲ ਐਕੂਰੇਟਲੀ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਸਾਨੂੰ ਇਹ ਕੋਈ ਡਾਊਟ ਨਹੀਂ ਹੈਗਾ ਵੀ ਤੂੰ 3 ਸਾਲਾਂ ਚ ਲਾ ਸਕੇਗਾ ਕਿ ਨਹੀਂ ਲਾ ਸਕੇਗਾ, ਪਰ ਕਹਿੰਦੇ ਫਾਇਦਾ ਕੀ ਹੈ, ਜਦੋਂ ਫਾਇਦਾ ਨਹੀਂ ਤਾਂ ਯੂਜ਼ਲੈਸ ਹੀ ਹੈਗਾ ਨਾ। ਤਾਂ ਬਿਲਕੁਲ ਐਕੂਰੇਟ ਸੇਮ ਮੈਚ ਕਰ ਗਿਆ, ਤਾਂ ਆਂਸਰ ਆ ਗਿਆ ਟਰੂ। ਹੁਣ ਆਪਾਂ ਨੇ ਇਹ ਦੇਖ ਲਿਆ ਸਾਰੇ ਬੱਚਿਆਂ ਨੇ ਕਿ 2 ਫਾਲਸ 2 ਟਰੂ, ਇੱਕ ਨਹੀਂ ਆਇਆ ਨਾ, ਨੋਟ ਗਿਵਨ, ਕੀ ਪਤਾ ਆ ਜੇ ਹੁਣ ਹੈ। ਦੇਖੋ ਤਾਂ ਆਏ ਹਾਏ ਹਾਏ, ਕੌਰ ਅਮਨ ਦੇਖੋ ਕਿਵੇਂ ਸਮਾਈਲ ਕਰਦੇ, ਇਹੀ ਤਾਂ ਆਏਗਾ ਨਾ। ਚਲੋ ਦੇਖਦੇ ਹਾਂ ਆਉਂਦੇ ਕਿ ਨਹੀਂ ਆਉਂਦਾ, ਪਰ ਕੋਈ ਪਤਾ ਨਹੀਂ ਆਵੇ ਨਾ। ਕਹਿੰਦੇ ਦ ਬ੍ਰਿਟਿਸ਼ ਟੀਮ ਅਨਾਊਂਸਡ ਦੇਅਰ ਡਿਸੀਜ਼ਨ ਟੂ ਕੈਰੀ ਆਊਟ ਸਾਇੰਟਿਫਿਕ ਰਿਸਰਚ ਇਨ ਅੰਟਾਰਟਿਕਾ ਬਿਫੋਰ ਸ਼੍ਰੇਸ਼। ਕਹਿੰਦੇ ਬ੍ਰਿਟਿਸ਼ ਟੀਮ ਨੇ ਅਨਾਊਂਸ ਕੀਤਾ ਆਪਦਾ ਡਿਸੀਜਨ, ਉਹਨਾਂ ਨੇ ਕਿਹਾ ਵੀ ਉਹ ਸਾਇੰਟਿਫਿਕ ਰਿਸਰਚ ਕਰਨਗੇ ਅੰਟਾਰਟਿਕਾ ਤੇ ਸ਼੍ਰੇਸ਼ ਤੋਂ ਪਹਿਲਾਂ। ਹਾਂ,
मतलब ये है ब्रिटिश टीम ने यह दसता यह अनाउंस करता उन्होंने डिसीजन ब्रिटिश टीम का डिसीजन की है कि वह साइंटिफिक रिसर्च है ना जी करे कैरी आउट करे इन अंटार्कटिका अंटार्कटिका के उत्ते शिरेस तो पहला करे सगो हूँ आप ब्रिटिश टीम देख लेंगे ब्रिटिश टीम की गल कि ब्रिटिश ठीक है ना क्योंकि आप लास्ट क्वेश्चन का बच्चे उदे तक पढ़ के आए हुए हैं तो उपर तो पढ़ते ही नहीं तो ब्रिटिश आपको यह मिल गया हूँ अपने ये देखना भी की उन्होंने ये डिसीजन दिता सी भी असं शिरेज तो पहला उत्थे साइंटिफिक रिसर्च कर देंगे तो शुरू कितों देगा ਤੁਸੀਂ ਉੱਪਰੋਂ ਵੀ ਪੜ ਸਕਦੇ ਹੋ ਜੇ ਇੱਕ ਲਾਈਨ ਪਿੱਛੋਂ ਪੜ ਲਓਗੇ ਤਾਂ ਵੀ ਕੋਈ ਇਸ਼ੂ ਨਹੀਂ ਆ 15 ਇਅਰ ਅਰਲੀ 15 ਇਅਰਸ ਅਰਲੀ ਦਾ ਇੰਟਰਨੈਸ਼ਨਲ ਜੀਓਗ੍ਰਾਫੀਕਲ ਕਾਂਗਰਸ ਹੈਡ ਸੈਡ ਦੈਟ ਐਜ਼ ਦਾ ਲਾਸਟ ਅਨਨੋਨ ਕੰਟੀਨੈਂਟ ਦਾ ਅੰਟਾਰਕਟਿਕ ਆਫਰਡ ਦਾ ਚਾਂਸ ਟੂ ਐਡ ਟੂ ਨੋਲੇਜ ਇਨ ਆਲਮੋਸਟ ਐਵਰੀ ਬ੍ਰਾਂਚ ਆਫ ਸਾਇੰਸ ਜੋ ਵੀ ਆਪਾਂ ਪੜ ਕੇ ਆਇਆ ਉਹਦਾ ਆਪਣੇ ਕੁਐਸਚਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਤੁਹਾਨੂੰ ਬਹੁਤ ਕਲੀਅਰ ਹੋ ਗਿਆ ਕਿਉਂਕਿ ਉਹ ਕੋਈ ਸਾਇੰਸ ਦੀ ਗੱਲ ਕਰ ਰਿਹਾ ਸੋ ਲਾਈਕ ਦਾ ਬ੍ਰਿਟਿਸ਼ Shirez presented his expedition as a research, as a search for knowledge. He would bring back fossils, make meteorological measurement and explore unknown parts of the continent. हाँ जी तुसी देख सकते हो अंटार्कटिका दी गल भी हुई ब्रिटिश दी भी गल हुई ब्रिटिश टीम दी कोई गल नहीं हुई कोई भी रिसर्च करने की गल नहीं हुई अंटार्कटिका ते रिसर्च करने की गल नहीं हुई एंड किसी तरह ओ शिरेज तो पहला करने एदी भी कोई गल नहीं हुई दैट्स व्हाई योर आंसर इज नॉट गिवन नॉट गिवन क्यों आ रहेगा क्योंकि हाफ स्टेटमेंट दा अपन बस एक दो वर्ड मिल गया बाकी तो कोई गल मिली ओ नहीं हैगी ना तुसी ए देखो कि आपा सारे क्वेश्चन किन्ने लियाकत नाल किते आ ते दिस इज द वे यू पीपल कैन क्रैक 9 ओवर 9 बैंड स्कोर दिस